ਪਹਿਲਾਂ ਗੱਲ ਕਰੀਏ ਐਜੂਕੇਸ਼ਨ ਸਿਸਟਮ ਦੀ ਜਿਹੜੀ ਬੜੀ ਕਮੀ ਆ ਅਤੇ ਜਿਹੜਾ ਜਿਹੜਾ ਵੱਡਾ ਖਮਿਆਜ ਜਿਹੜਾ ਆ ਸਾਡੇ ਯੂਥ ਨੂੰ ਭੁਗਤਣਾ ਪੈਂਦਾ ਵਾ ਠੀਕ ਆ। ਅਗਰ ਮੈਂ ਗੱਲ ਕਰਾਂ ਇੱਥੇ ਮੈਡੀਕਲ ਇੰਸਟੀਟਿਊਸ਼ਨ ਦੇ ਵਿੱਚ ਸਾਡੇ ਇੱਥੇ ਕੋਈ ਮੈਡੀਕਲ ਕਾਲਜ ਦੇ ਨਹੀਂ, ਕਾਫੀ ਵੱਡੇ ਪੱਧਰ 'ਤੇ ਵੱਡੇ ਪ੍ਰੋਜੈਕਟ ਆਉਂਦੇ ਨੇ, ਚਲਾਉਣ ਲਈ ਓਪਰੇਟਰ ਨਹੀਂ ਹੁੰਦਾ, ਫਿਰ ਉਹ ਅੱਗੇ ਚੱਲ ਜਾਂਦੀਆਂ ਚੀਜ਼ਾਂ। ਇਹਦੇ 'ਚ ਮੇਨ ਜ਼ਿਆਦਾ ਵਾ ਵੇਖੋ, ਬੱਤੀ ਦੀ ਆਉਣ ਵਾਲੇ ਸਮੇਂ 'ਚ ਸਮੱਸਿਆ ਬੜੀ ਗੰਭੀਰ ਆ ਅਤੇ ਅਸੀਂ ਆਸ ਕਰਦੇ ਹਾਂ ਕਿ ਬਜਟ ਲਈ ਕੁੰਡਾ ਸਾਹਿਬ ਜਿਹੜੀ ਇਸ ਵੇਲੇ ਆ ਨਾ ਮੇਨ ਬੱਚਿਆਂ ਦੇ ਰੁਜ਼ਗਾਰ ਦੀ, ਉਹ ਗਰੰਟੀ ਕੋਈ ਵੀ ਸਰਕਾਰ ਨਹੀਂ ਚੁੱਕ ਰਹੀ, ਨਾ ਕੇਂਦਰ ਸਰਕਾਰ ਚੁੱਕ ਰਹੀ ਹੈ, ਨਾ ਪੰਜਾਬ ਸਰਕਾਰ ਚੁੱਕ ਰਹੀ ਹੈ। ਦਾਅਵੇ ਸਰਕਾਰਾਂ ਵੀ ਕਰ ਰਹੀਆਂ ਨੇ, ਆਉਣ ਵਾਲੇ ਸਮੇਂ 'ਚ ਇਹਨਾਂ ਦੇ ਕੀ ਰਿਜ਼ਲਟ ਹੈ ਵੇਖੋ, ਕੋਈ ਹਜੇ ਤਾਂ ਉਹਨਾਂ ਨੇ ਕਲੀਮਾ ਲਿੰਕ ਬਣਾਏ ਨੇ, ਉਹਦਾ ਰਿਜ਼ਲਟ ਆਉਣ ਵਾਲੇ ਸਮੇਂ 'ਚ ਜਾਂ ਹੁਣ ਉਹ ਇਸ ਬਜਟ 'ਚ ਮਹੱਲਾ ਕਲੀਨਿਕ ਹੋਰ ਡਿਵੈਲਪ ਕਰਨ ਲਈ ਕੀ ਕਰਦੇ ਆ, ਜਾਂ ਲੋਕਾਂ ਨੂੰ ਦਵਾਈਆਂ ਜਾਂ ਲੈਬੋਰਟਰੀਜ਼ ਦੀ ਸਹੂਲਤ ਦਿੰਦੇ ਆ, ਕਿੰਨੀ ਕੁ ਹੋਰ ਸਹੂਲਤਾਂ ਦਿੰਦੇ ਆ, ਫਿਰ ਹੀ ਮਹੱਲਾ ਕਲੀਨਿਕ ਦੇ ਰਿਜ਼ਲਟ ਸਹੀ ਤਰੀਕੇ ਨਾਲ ਆਉਣਗੇ। ਪਿਛਲੇ ਮਹੀਨੇ ਫਰਵਰੀ ਦੀ ਗੱਲ ਕਰੀਏ ਤਾਂ ਫਰਵਰੀ ਮਹੀਨੇ ਦੇ ਵਿੱਚ ਸੈਂਟਰ ਸਰਕਾਰ ਵੱਲੋਂ ਆਪਣਾ ਬਜਟ ਪੇਸ਼ ਕੀਤਾ ਜਾਂਦਾ, ਤਾਂ ਹੁਣ ਮਾਰਚ ਮਹੀਨੇ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਆਪਣਾ ਬਜਟ ਪੇਸ਼ ਕੀਤਾ ਜਾਵੇਗਾ। ਲੋਕਾਂ ਨੂੰ ਕੀ ਉਮੀਦਾਂ ਨੇ, ਕਿੰਨੀਆਂ ਕੁ ਉਮੀਦਾਂ ਉਸ ਬਜਟ ਤੋਂ ਜਿਤਾਈ ਬੈਠੇ ਨੇ, ਕਿ ਕੁਛ ਖਾਸ ਉਸ ਬਜਟ ਦੇ ਵਿੱਚ ਦੇਖਣ ਨੂੰ ਮਿਲੇਗਾ। ਲੋਕ ਬੈਠੇ ਨੇ, ਗੱਲਬਾਤ ਜ਼ਰੂਰ ਕਰ ਲਾਂਗੇ ਲੋਕਾਂ ਨਾਲ ਵੀ ਚੱਲ ਕੇ, ਕਿ ਕਿਸ ਤਰ੍ਹਾਂ ਦਾ ਬਜਟ ਚਾਹੁੰਦੇ ਨੇ, ਕਿ ਪੰਜਾਬ ਸਰਕਾਰ ਵੱਲੋਂ ਉਸ ਬਜਟ ਦੇ ਵਿੱਚ ਕੀ ਕੁਝ ਖਾਸ ਹੋਣਾ ਚਾਹੀਦਾ ਜਿਹਦੇ ਨਾਲ ਆਮ ਲੋਕ ਨੇ ਜਾਂ ਹੋਰ ਲੋਕ ਨੇ ਉਹਨਾਂ ਨੂੰ ਇੱਕ ਚੰਗੀ ਸਿਹਤ, ਚੰਗੀਆਂ ਸਹੂਲਤਾਂ ਮਿਲ ਸਕਣ। ਸ਼ੁਰੂਆਤ ਕਰ ਲੈਂਦੇ ਨੌਜਵਾਨ ਨੇ, ਕਿਸ ਤਰ੍ਹਾਂ ਦਾ ਭਾਜੀ ਬਜਟ ਚਾਹੁੰਦੇ ਹੋ, ਕਿਸ ਤਰ੍ਹਾਂ ਦਾ ਬਜਟ ਚਾਹੀਦਾ ਪੰਜਾਬ ਸਰਕਾਰ ਦਾ ਇਸ ਮਹੀਨੇ ਦੇ ਵਿੱਚ ਮਾਰਚ 'ਚ ਬਜਟ ਪੇਸ਼ ਹੋਣਾ? ਸਰ ਗੱਲ ਕਰੀਏ ਬਜਟ ਦੀ, ਸੂਬਾ ਸਰਕਾਰ, ਪੰਜਾਬ ਸਰਕਾਰ, ਮਾਨ ਸਰਕਾਰ ਦੀ ਗੱਲ ਕਰੀਏ, ਬਜਟ ਜਿਹੜਾ ਆ ਪੇਸ਼ ਕਰਨ ਜਾ ਰਿਹਾ, ਪਹਿਲੀਆਂ ਦੋ ਚੀਜ਼ਾਂ ਦੇ ਉੱਪਰ ਮੈਂ ਗੱਲ ਕਰਾਂਗਾ, ਇੱਕ ਨੌਜਵਾਨ ਦੇ ਲਈ, ਇੱਕ ਗੱਲ ਮੈਂ ਕਰਾਂਗਾ ਸਿਹਤ ਸਹੂਲਤਾਂ ਦੇ ਲਈ, ਰੁਜ਼ਗਾਰ ਲਈ, ਐਜੂਕੇਸ਼ਨ ਸਿਸਟਮ ਦੇ ਉੱਪਰ। ਗੱਲ ਕਰੀਏ ਸਾਡਾ, ਮੈਂ ਗੁਰਦਾਸਪੁਰ ਜ਼ਿਲ੍ਹੇ ਦਾ ਰਹਿਣ ਵਾਲਾ ਹਾਂ, ਅਤੇ ਸਾਡੇ ਤਾਂ ਪਹਿਲਾਂ ਗੱਲ ਕਰੀਏ ਐਜੂਕੇਸ਼ਨ ਸਿਸਟਮ ਦੀ ਜਿਹੜੀ ਬੜੀ ਕਮੀ ਆ, ਅਤੇ ਜਿਹੜਾ ਜਿਹੜਾ ਵੱਡਾ ਖਮਿਆਜ ਜਿਹੜਾ ਆ ਸਾਡੇ ਯੂਥ ਨੂੰ ਭੁਗਤਣਾ ਪੈਂਦਾ ਵਾ। ਜੇਕਰ ਗੱਲ ਕਰਾਂ ਸਾਡੇ ਇੱਥੇ ਕੋਈ ਸਰਕਾਰੀ ਕਾਲਜ ਨਹੀਂ, ਠੀਕ ਆ। ਅਗਰ ਮੈਂ ਗੱਲ ਕਰਾਂ ਇੱਥੇ ਮੈਡੀਕਲ ਇੰਸਟੀਟਿਊਸ਼ਨ ਦੇ ਵਿੱਚ, ਸਾਡੇ ਇੱਥੇ ਕੋਈ ਮੈਡੀਕਲ ਕਾਲਜ ਦੇ ਨਹੀਂ, ਜਿਹਦੇ ਨਾਲ ਲੋਕਾਂ ਨੂੰ ਜਿਹੜਾ ਵਾ 40 ਕਿਲੋਮੀਟਰ ਦਾ ਪੈਂਡਾ ਖਰਚ ਕੇ ਜਿਹੜਾ ਸ਼ਹਿਰ ਤੋਂ ਬਾਹਰ ਜਾ ਕੇ ਜਿਹੜਾ ਇਲਾਜ ਕਰਾਉਣਾ ਪੈਂਦਾ ਵਾ, ਉਹਦੇ ਵਿੱਚ ਘਰ ਹੀ ਲੋਕ ਜਿਹੜੇ ਆ ਰਸਤੇ ਵਿੱਚ ਕਈ ਲੋਕ ਦਮ ਤੋੜ ਜਾਂਦੇ ਨੇ, ਕਿਉਂਕਿ ਇੱਥੇ ਮਤਲਬ ਮਸ਼ੀਨਾਂ ਦੀ ਕਮੀ ਜਿਹੜੀ ਆ ਕਾਫੀ ਵੱਡੇ ਪੱਧਰ 'ਤੇ, ਵੱਡੇ ਪ੍ਰੋਜੈਕਟ ਆਉਂਦੇ ਨੇ, ਚਲਾਉਣ ਲਈ ਓਪਰੇਟਰ ਨਹੀਂ ਹੁੰਦਾ, ਫਿਰ ਉਹ ਅੱਗੇ ਚੱਲ ਜਾਂਦੀਆਂ ਚੀਜ਼ਾਂ। ਸੋ ਮਤਲਬ ਸਰਕਾਰ ਨੂੰ ਦੋ ਚੀਜ਼ਾਂ ਦੇ ਉੱਪਰ ਜ਼ੋਰ ਦੇਣਾ ਚਾਹੀਦਾ ਵਾ, ਇੱਕ ਤਾਂ ਮੈਡੀਕਲ ਇਨਫਰਾਸਟ੍ਰਕਚਰ ਦੇ ਉੱਪਰ, ਇੱਕ ਤਾਂ ਐਜੂਕੇਸ਼ਨ ਸਿਸਟਮ ਦੇ ਉੱਪਰ। ਐਜੂਕੇਸ਼ਨ ਚਾਹੇ ਉਹ ਸਕੂਲ ਦਾ ਹੋਵੇ, ਚਾਹੇ ਉਹ ਟੈਕਨੀਕਲ ਯੂਨੀਵਰਸਿਟੀ ਦਾ ਹੋਵੇ, ਚਾਹੇ ਉਹ ਸਕਿੱਲ ਦਾ ਹੋਵੇ, ਚਾਹੇ ਉਹ ਹਾਇਰ ਐਜੂਕੇਸ਼ਨ ਯੂਨੀਵਰਸਿਟੀ ਦਾ ਹੋਵੇ। ਬਿਲਕੁਲ ਜੀ, ਜਿਸ ਤਰ੍ਹਾਂ ਹੁਣ ਗੱਲ ਕੀਤੀ ਹੈ, ਜਦੋਂ ਸਰਕਾਰ ਸੱਤਾ ਜਾਂਦੀ ਸੀ ਤਾਂ ਉਹਨਾਂ ਨੇ ਇੱਕ ਗੱਲ ਜ਼ਰੂਰ ਕਹੀ ਸੀ, ਸਿਹਤ ਸਹੂਲਤਾਂ, ਸਿੱਖਿਆ, ਇਹ ਤਿੰਨ ਚੀਜ਼ਾਂ ਵੱਲ ਖਾਸ ਧਿਆਨ ਦਿੱਤਾ ਜਾਵੇਗਾ ਸਾਡੇ ਵੱਲੋਂ, ਇਸ ਦਾ ਮਿਆਰ ਉੱਚਾ ਚੁੱਕਿਆ ਜਾਵੇਗਾ ਤਾਂ ਜੋ ਜਿਹੜੀ ਜਨਰੇਸ਼ਨ ਆ ਜਾਂ ਜਿਹੜੀ ਦੇਸ਼ ਦੇ ਵਿੱਚ ਗਰੀਬੀ ਆ ਉਹ ਦੂਰ ਹੋ ਸਕੇ, ਸਾਰੇ ਲੋਕਾਂ ਨੂੰ ਇੱਕੋ ਜਿਹਾ ਹੱਕ ਮਿਲ ਸਕੇ। ਸਰ ਜਦੋਂ ਸਰਕਾਰ ਆਈ ਸੀਗੀ ਉਹ ਮਤਲਬ ਇੱਕ ਗੱਲ ਕਹੀ ਹੈ ਕਿ ਇਹਨੇ ਹੱਥ 'ਚ ਦੰਦ ਖਾਣ ਵਾਲੇ ਔਰ ਅਤੇ ਵਿਖਾਉਣ ਵਾਲੇ ਔਰ ਹੁੰਦੇ ਆ, ਜਦੋਂ ਇਹ ਚੀਜ਼ਾਂ ਜਿਹੜੀਆਂ ਵਾ ਪਰਪੋਜ਼ਲੇ ਜਨਤਾ ਨੂੰ ਵਿਸ਼ਵਾਸ ਦਵਾਉਂਦੇ ਆ ਕਿ ਆਪਾਂ ਆਹ ਕਰਾਂਗੇ ਆਹ ਕਰਾਂਗੇ। ਮੈਂ ਗੱਲ ਕਰਾਂ ਬਟਾਲੇ ਦੀ, ਅਤੇ ਸਾਡੇ ਜਿਹੜੇ ਇਸ ਟਾਈਮ ਮੌਜੂਦਾ ਵਿਧਾਇਕ ਨੇ MLA ਸ਼ਹਿਰੀ ਕਲਸੀ, ਉਹਨਾਂ ਨੇ ਵੀ ਇੱਕ ਕਮਿਟਮੈਂਟ ਕੀਤੀ ਸੀਗੀ ਆਪਣੇ ਸਾਡੇ ਜਿਹੜੇ ਸੂਬੇ ਦੇ ਫਾਈਨੈਂਸ ਮਿਨਿਸਟਰ ਨੇ ਹਰਪਾਲ ਚੀਮਾ ਹੋਣਾਂ ਦੇ ਨਾਲ ਖਲੋ ਕੇ, ਕਿ ਮੈਨੂੰ ਇੱਕ ਵਾਰੀ ਸਰਕਾਰ ਦੇ ਵਿੱਚ ਵਿਧਾਇਕ ਬਣਾ ਕੇ ਭੇਜੋ, ਮੈਂ ਜ਼ਰੂਰ ਬਟਾਲੇ ਨੂੰ ਜ਼ਿਲ੍ਹਾ ਬਣਾਵਾਂਗਾ। ਜੇ ਮੈਂ ਗੱਲ ਕਰਦਾ ਕਿ ਇੱਥੇ ਜ਼ਿਲ੍ਹਾ ਬੰਦਾ ਤਾਂ ਕਾਫੀ ਇਨਫਰਾਸਟ੍ਰਕਚਰ ਵਧੀਆ ਹੋਣੇ ਸੀਗਾ, ਹੁਣ ਹਕੀਕਤਾਂ ਇਹ ਆ ਗਈਆਂ ਨੇ ਕਿ ਅੱਜ ਵੀ ਅਗਰ ਗੱਲ ਕਰੀਏ ਪ੍ਰਾਇਮਰੀ ਹੈਲਥ ਸੈਂਟਰ ਨੂੰ ਬਦਲ ਕੇ ਇਹਨਾਂ ਨੇ ਆਮ ਆਦਮੀ ਕਲੀਨਿਕ ਬਣਾਤਾ ਵਾ, ਅਤੇ ਉਹਦੇ ਵਿੱਚ ਘਰ ਜਿਹੜੇ ਪ੍ਰਾਇਮਰੀ ਹੈਲਥ ਸੈਂਟਰ ਦੇ ਵਿੱਚ 24-24 ਘੰਟੇ ਸਹੂਲਤਾਂ ਮਿਲਦੀਆਂ ਸੀਗੀਆਂ, ਉਹ ਟਾਈਮਿੰਗ ਘੱਟ ਗਿਆ ਵਾ। ਸੋ ਮਤਲਬ ਇੱਕ ਰੰਗ ਰੋਗਨ ਜਾਂ ਪੇਂਟ ਕਰਨ ਦੇ ਨਾਲ ਮਤਲਬ ਅਗਰ ਇੱਦਾਂ ਦੀ ਸਹੂਲਤਾਂ ਮਿਲਣਗੀਆਂ ਤਾਂ ਉਹਦੇ ਵਿੱਚ ਕਾਫੀ ਅੰਤਰ ਹੈ। ਦੂਜੀ ਗੱਲ ਆ ਗਈ ਐਜੂਕੇਸ਼ਨ ਸਿਸਟਮ ਦੀ, ਸਾਡੇ ਇੱਥੋਂ ਦੇ ਲੋਕਾਂ ਨੂੰ ਪਹਿਲੀ ਗੱਲ ਤਾਂ ਇਹ ਚਾਹੀਦੀ ਹੈ ਕਿ ਜਿਹੜੇ ਸਾਡੇ MLA ਆਪਾਂ ਉਹਨਾਂ ਨੂੰ ਮੰਗ ਕਰੀਏ, ਸਾਡੇ ਜਿਹੜੇ ਇੱਥੋਂ ਦੇ ਹੈਲਥ ਦੇ ਮਿਨਿਸਟਰਸ ਨੇ ਲਾਗੇ ਸਾਡੇ ਸੂਬਿਆਂ ਦੇ ਵਿੱਚ ਰਹਿੰਦੇ ਆ, ਉਹਨਾਂ ਨੂੰ ਮੰਗ ਕਰੀਏ ਕਿ ਆਪਣਾ ਪਹਿਲਾਂ ਇਨਫਰਾਸਟ੍ਰਕਚਰ ਸਹੀ ਕਰੀਏ, ਐਜੂਕੇਸ਼ਨ ਸਿਸਟਮ ਸਹੀ ਕਰੀਏ। ਜੇਕਰ ਕਹਿੰਦੇ ਬੜੇ ਪੜ੍ਹੇਗਾ ਇੰਡੀਆ ਤਾਂ ਵੀ ਤੋਂ ਬੜੇਗਾ ਇੰਡੀਆ, ਆਪਾਂ ਪੜ੍ਹਾਂਗੇ ਨਹੀਂ, ਸਾਨੂੰ ਪਤਾ ਹੀ ਨਹੀਂ ਸਾਡੀਆਂ ਮੰਗਾਂ ਕੀ ਹੈ, ਅਸੀਂ ਰੁਜ਼ਗਾਰ ਅਤੇ ਰੁਜ਼ਗਾਰ ਦੀਆਂ ਗੱਲਾਂ ਕਰਦੇ ਹੋ। ਮਤਲਬ ਇਹ ਚੀਜ਼ਾਂ ਹਵਾ ਦੇ ਵਿੱਚ ਹੀ ਰਹਿ ਗਈਆਂ ਸੂਬਾ ਸਰਕਾਰ ਦੀ, ਮੈਂ ਸਮਝਦਾ ਇਹਨੂੰ ਲਾਇਕੀ ਆ, ਇਹਨੂੰ ਸੂਬਾ ਸਰਕਾਰ ਨੂੰ ਦੋ ਚੀਜ਼ਾਂ ਦੇ ਉੱਪਰ ਜ਼ਰੂਰ ਜ਼ੋਰ ਦੇਣਾ ਚਾਹੀਦਾ ਹੈ। ਬਿਲਕੁਲ ਜੀ, ਸਿੱਖਿਆ ਅਤੇ ਮੈਡੀਕਲ ਫੈਸਿਲਿਟੀਆਂ ਦੀ ਗੱਲ ਕੀਤੀ ਜਾਏ ਤਾਂ ਨੌਜਵਾਨ ਵੀ ਇਹੋ ਹੀ ਕਹਿੰਦੇ ਨੇ ਕਿ ਇਹੋ ਜਿਹੀਆਂ ਫੈਸਿਲਿਟੀਆਂ ਹੋਣੀਆਂ। ਭਾਅ ਜੀ ਇੱਧਰ ਆ ਜਾਓ ਥੋੜ੍ਹਾ ਜਿਹਾ, ਨਾਮ ਦੱਸਿਓ ਕੀ ਤੁਹਾਡਾ? ਮੇਰਾ ਨਾਮ ਸੁਖਦੇਵ ਸਿੰਘ ਹੈ ਜੀ। ਬਿਲਕੁਲ ਜੀ, ਐਗਰੀਕਲਚਰ ਨਾਲ ਸੰਬੰਧ ਰੱਖਦੇ ਹੋ ਤੁਸੀਂ, ਖੇਤੀਬਾੜੀ ਕਰਦੇ ਹੋ, ਸੈਂਟਰ ਸਰਕਾਰ ਦਾ ਫਰਵਰੀ 'ਚ ਆਉਂਦਾ ਵਾ ਆਪਣਾ ਬਜਟ ਪੇਸ਼ ਕੀਤਾ ਜਾਂਦਾ, ਉਸਦੇ ਵਿੱਚ ਕਿਸਾਨਾਂ ਨੂੰ ਕੋਈ ਖਾਸ ਸਹੂਲਤਾਂ ਨਹੀਂ ਮਿਲੀਆਂ, ਕਿਉਂਕਿ ਕਿਸਾਨਾਂ ਨੇ ਵੀ ਕਿਹਾ ਕਿ ਉਸ ਬਜਟ 'ਤੇ ਕੁਝ ਖਾਸ ਨਹੀਂ ਦੇਖਣ ਨੂੰ ਮਿਲਿਆ। ਹੁਣ ਪੰਜਾਬ ਸਰਕਾਰ ਕੋਲੋਂ ਕਿੰਨੀਆਂ ਕੁ ਉਮੀਦਾਂ ਤੁਹਾਨੂੰ? ਦੇਖੋ ਜੀ, ਉਮੀਦਾਂ ਤਾਂ ਲੋਕਾਂ ਦੀ ਚੁਣੀ ਹੋਈ ਸਰਕਾਰ ਆ, ਉਮੀਦਾਂ ਤਾਂ ਹੁੰਦੀਆਂ,
तो आस करते हैं कि मान सरकार जरूर ये ध्यान देगी जी। बिल्कुल सुखदेव जी, जेकर गल की जाए कि अजक की नौजवान पीढ़ी है जी बाहर ज़्यादा जाती है, बाहर का रुख करती है, क्योंकि जेकर अपने देश के रुजगार होगा, अपने सूबे रुजगार हो अपने देश एक चंकी पढ़ाई होगी, सिक्ख्या म्यार चंगा होगा, तो नौजवान बहर जाने की कोई जरूरत नहीं पेगी। बिल्कुल ठीक है जी। कुंडा साहब जी इस वे आ ना मेन बच्चों के रुजगार की वो गरंटी कोई भी सरकार नहीं चुक रही, ना केंद्र सरकार चुक रही है ना पंजाब सरकार चुक रही है, कह रहे हैं पर दावे के उल्ट जे जाइए तो बड़ी सच्चाई भयानक है। इतने वेखो हूँ पिछले कुछ दिनों तो जी स्थिति वो बड़ी भयानक बनी हुई है, लॉ एंड आर्डर की कानून की व्यवस्था वा, बच्चे भी इस चीज़ में डरते हैं तो इस डर के भय के अंदर वो फिर बाहर अपना परवाज करते हैं जी। तो सरकार को चाहिए कि नौजवानों परवाज तो रोकने लिए तो उन्होंने रुजगार की गरंटी करे, तो आस करते हैं कि इस बजट जरूर इस पास ध्यान देंगे। बिल्कुल, जिस तरह हूँ देखा जाए मेडिकल फैसिलिटियाँ जिस तरह कमल होना दसिया भाई साहब ने सहयोगी ने उन्होंने दसिया कि जोड़े महला क्लीनिक ने उत्थे टाइम जरूर घट गया वा, महला क्लीनिक जरूर सरकार वालों खोले गए हैं कि लोगों दिन सहूलत वास्ते, पर कितने ना कितने सिद्ध नहीं हुए, रंग रोगन करते ने उ हॉस्पिटल जो डिस्पेंसरियां हैं जिन्होंने फिर तो सवार दिता गया। चलो ये दावे सरकार भी कर रही ने, आने वाले समय से इन्हों के की रिजल्ट है वेखो, कोई हजे तो उन्होंने महला क्लीनिक बनाए ने, वह रिजल्ट आने वाले समय से जो इस बजट महला क्लीनिक होर डिवेलप करने लिए की करते हैं, जोकों दवाइया ज लैबोरटरीज की सहूलत देंगे, किनिया होर सहूलत देंगे, फिर ही महला क्लीनिक के रिजल्ट सही तरीके आने। बिल्कुल जी। कमल जी तुम खुद कि पढ़े हो, तुम दस दौ अपने? सर मैं स्टिल ग्रैजुएशन कर चुका हाँ, तो अगर मैं गल करा ग्रैजुएशन तो बाद अपन अज इदा लगता है कि जो रुजगार अपन साढ़े पहली विजन ही होंगी मन च कि आप सारे बाहर चले जाइए, सो कितना कितने साढ़े बाहर जाने का मकसद क्या होंगे कि रोजी रोटी के लिए आप मतलब इतों जाना है अपने सूबे में छड़ के, सो गल यह है कि कितना कितने साढ़े को अगर रुजगार होंगे साढ़े को भी इतने नौकरियां होंगे किसी भी विभाग के कंपटीशन ज़्यादा है, चाहे वह प्राइवेट सैक्टर अगर नोएडा वर्गा जो शहर साढ़े सूबे पंजाब अगर यहोजी अगर सैक्टर बन जाए तो इतने रुजगार की जी मतलब कह सकते पंजाबी बल्ले बल्ले हो जाएगी, मतलब इतने अगर वड्डी कंपनियां आदि नहीं है साढ़े सूबे के लॉ एंड ऑर्डर की बड़ा जोड़ा बड़ा भयानक मतलब हाल बनया हुआ, पिछले दिनों के जोड़े कट्ठे चार एक दिन के कतल होंगे ये जो कतलों का जो प्रभाव है उद्योगपतियों के उपर पैंता है, साढ़े जे इतों के उद्योगपति लुधियाना के काफ़ी उद्योगपति यूपी वर्गी स्टेट के जाके जी मतलब कई वेले कहा जाता है कि माफिया का ज गुंडा राज कहा जाता है उन्होंने स्टेटा के जाके इनवैसट करते पे, मतलब कहने का भाव यह कि यूपी की स्टेट जी सुधर गया साढ़े पंजाब के हालात जोड़े बिगड़ गए हैं। बिल्कुल लगता नहीं कि पंजाब यूपी बन गया? हाँ बिल्कुल, मतलब पहला तो गाना आता है कि यूपी तो मंगा के असले तो हूँ हालात जो पंजाब के बन गया, मतलब सारी विरोधी पार्टियां जब मैं कह किसी मैं प्र पार्टी संबंध नहीं रखता पर आप सारे बयान जो देखते हैं सो हालात देखते हैं साढ़े बटाले में भी पिछले दिनों गोली चली है, सो यहोजियां सिचुएशन सामने मैं अपील करता मान साहब को भी कि डी जी पी पंजाब को भी गौरव यादव को भी कि आप लॉ एंड ऑर्डर के उपर थोड़ा ध्यान रखिए कि जो साढ़े अंदर का जो एक मन में घबराहट पैदा हो गई है, डर लगता है रात 10 बजे तो बाद अगर बाहर जाइए सूँ डर लगता है कि कोई हादसा ना वापर जाए, सो इन चीज़ों के उपर सरकार को जो जोर देना चाहिए, रुजगार के उपर जोर देना चाहिए वा, एजुकेशन के उपर सिस्टम से हैल्थ सिस्टम के उपर जोर जोर देना चाहिए वा, मतलब कि जिर नाल आने वाले जी पीढ़ी है वो पंजाब दे विच एक रंगला पंजाब मान साहब हमेशा कहते हैं अपने बयान दे विच और रंगला पंजाब बन सके तो एक खूबसूरत जिहड़ा पंजाब दी एक दिशा बन सके। बिल्कुल जी, की कुछ खास रहेगा नौजवान किसान जी साढ़े नाल उन्होंने दस्या वा कि एक चंगा जेकर अपना रंगला पंजाब बनाना वा तो उस दे वास्ते सानू सिक्ख्या रुजगार नाल दी नाल सेहत सहूलत खास ध्यान देना पेगा, जिदे नाल कि नौजवान जेकर पढ़िया होगा तो बाहर नहीं जाएगा, वो अपने ही सूबे दे विच रह के रुजगार करेगा एक चंगा कारोबार करेगा जिस दे नाल अपना पैसा जिहड़ा वा वो अपने ही सूबे दे विच रहेगा, दूजे पासे जेकर सिक्ख्या का म्यार चुकिया जाए जेकर मेडिकल सुविधावां वल ध्यान दिता जाएगा तो नाल दी नाल वो लोगों भी कितने ना कि सहूलत मिलनगियां, जिहड़े लोग मेडिकल फैसिलिटियां तो वांझे रह जांदे ने आयुष्मान कार्ड जरूर बनते हैं पर सिर्फ तो सिर्फ डमिया ने दिखाने योगे ने कार्ड जेब च पाने योगे ने पर उन्होंने उत्ते कोई सहूलत नहीं मिलती, सो चाहिए वा उम्मीदा जरूर लोगों ने जताइया कि सानू यह उम्मीद आ कि इस बार जो पंजाब सरकार बजट पेश करेगी वो कुछ ना कुछ जरूर खास साढ़े वास्ते लैके आएगी। कैमरामैन बंटी के नाल जतेंद्र कुंडा।